ਹੁਣ ਦੱਸ, ਹੁਣ ਇਮਰਾਨ ਖਾਨ ਸਾਹਿਬ ਹੋਵੇ ਠੀਕ ਹੈ, ਨਿਵਾਜ਼ ਸ਼ਰੀਫ ਮੰਗਾਈ, ਅੱਟੇ ਦਾ ਕੀ ਰੋਲਾ ਪੀਆ ਖਲਾਈ ਦੀ ਦੇਵੇ? ਅੱਟੇ ਦਾ ਰੋਲਾ ਬਾਬਾ ਕੋਈ ਨਹੀਂ, ਇਹ ਪਾਕਿਸਤਾਨ ਅਤੇ ਹਿੰਦੁਸਤਾਨ ਹੈ, ਇਹਨਾਂ ਨੂੰ ਦੋ ਫੁਲਕਿਆਂ ਦੇ ਪਾਰੂ ਦੇਵਣੀ ਪਾਏ ਵਜੇ ਨਾ, ਹੈ ਨਾ, ਦੋ ਫੁਲਕਿਆਂ ਦੀ ਪਾਰੂ ਇਹਨਾਂ ਨੂੰ ਕਾਰ ਦੇਵਣੀ ਪਾਏ ਵਜੇ ਨਾ, ਅਤੇ ਠੇਠੇ 'ਚ ਬਲੜੀ ਚਾਹੇ ਰਾਈ 'ਤੇ ਖਾ ਲਈ ਸੀ ਉਹ ਬੰਦਾ, ਅਤੇ ਕਾਰ ਦੇ 'ਚ ਲਗਾ ਵਈ ਸੀ, ਕੂੜ ਤਾਂ ਨਹੀਂ? ਨਾ ਨਾ ਸੱਚ ਹੈ, ਬਿਲਕੁਲ ਸੱਚ। ਹਾਂਜੀ, ਪੈਟਰੋਲ ਹੀ ਤੁਹਾਡਾ ਖਤਮ ਹੋ ਗਈ ਸੀ, ਬਿਲਕੁਲ ਮਾਤਾ ਪਿਆ। ਇਮਰਾਨ ਖਾਨ, ਇਮਰਾਨ ਖਾਨ ਰਵੇ ਜਾਂ ਨਿਵਾਜ਼ ਸ਼ਰੀਫ ਹੋ ਜਾਵੇ ਜੀ? ਨਿਵਾਜ਼ ਸ਼ਰੀਫ, ਹਾਂ ਉਹ ਠੀਕ ਹੈ। ਹਾਂ, ਅਤੇ ਇਮਰਾਨ ਖਾਨ ਤੁਹਾਨੂੰ ਨਹੀਂ ਪੁੱਛਦਾ, ਅਗਰ ਉਹਦੇ ਨਾਲ ਸ਼ਰਾਰਤ ਨਾ ਬਣਾਏ ਤਾਂ ਪਾਕਿਸਤਾਨ ਮੁੜ ਨਹੀਂ ਚੱਲਦਾ, ਜਿਹੜੀ ਆਦਤ ਲੱਗੇ ਖਲੇ ਇਹ ਤਾਂ ਕਿ ਡਾਇਰ ਰੱਲੇ ਮਿਲੀ ਹੋਏ, ਅਦਾ ਹੀ ਇਹ ਰੱਲੇ ਮਿਲੀ ਹੋਏ ਅਨੁਸਾਰ ਗੱਲ ਤਾਂ ਲੱਗਦੀ ਪਈ ਹੈ। ਅੱਛਾ, ਹਾਂਜੀ, ਉਹ ਛੁੱਟੀ ਕਰ ਕੇ ਲਗਾ ਪਈ ਸੀ ਸਾਹਿਬ, ਇਹ ਤੋਂ ਪਾਕਿਸਤਾਨ ਸਿਆਣਾ ਹੁੰਦਾ ਸਾਈਂ ਤੇ ਕਾਗਜ਼ਾਂ ਤੋਂ ਲੜੇ ਨਾ, ਇਹਦੇ ਹੱਥ ਲਾਓ ਪਹਿਲੇ ਲੜਨਾ, ਅਦਾ ਹੀ ਉਹ ਪਾਕਿਸਤਾਨ ਸਿਆਣਾ ਹੁੰਦਾ ਤੇ ਕਾਗਜ਼ਾਂ ਤੋਂ ਲੜੇ ਨਾ। ਹੈ ਹੁਣ ਉਹ ਦਿੱਕਾ ਛ ਗਈ ਹੈ ਤੁਹਾਡਾ, ਬਿਜਲੀ ਦਾ ਟੈਗਰ ਹੀ ਗਿਆ, ਪੈਟਰੋਲ ਹੀ ਖਤਮ, ਹਾਂ ਸਾਈਂ ਆਟਾ, ਅਤੇ ਆਟਾ ਹੀ ਖਤਮ ਕਰਦਾ ਪਿਆ, ਉਹ ਹੀ ਨਹੀਂ ਚੱਲਦਾ ਬਸ, ਅਤੇ ਇੰਡਸਟਰੀ ਤਾਂ ਬੈਠਾ ਜੂਏ ਹੁਣ, ਉਹਨਾਂ ਜ਼ਿੰਮੀਦਾਰਾਂ ਕਣਕ ਹੀ ਡੱਕ ਲਈਏ, ਅੱਗੋਂ ਰੋਟੀ ਚਾ ਲਈ ਸਨ, ਇਹਨਾਂ ਨੂੰ ਕਾਰ ਦੇਵਣੀ ਪਾਏ ਵਜੇ ਨਾ, ਇਹ ਕਾਰ ਦੇ ਸਨ ਚਾ, ਹੈਂ, ਅਤੇ ਡੇਢ ਨੂੰ ਭੁੱਖ ਨਹੀਂ ਮਰੇ, ਅਤੇ ਡੇਢ ਭਰ ਲਈ ਸਨ, ਡੇਢ ਡੇਢੇ ਸ਼ੀਸ਼ਾ ਹੈ, ਹੁਣ ਕੂੜ ਤਾਂ ਕੋਈ ਨਹੀਂ ਹੈ ਜੀ। ਹਾਂ, ਇਹ